सिंह साहिब ज्ञानी रघुबीर सिंह जी दे वल्लों सरदार जगजीत सिंह दर्दी जी दा कीता गया सन्मान। इस मौके ते उना नाल ही कहा कि चढ़दी कला टाइम टीवी ते रोजाना चढ़दी कला दी सिख धर्म दे प्रचार च विलखण भूमिका। ਹੋਲੇ ਮੁਹੱਲੇ ਦੇ ਵਿਸ਼ੇਸ਼ ਮੌਕੇ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਭਾਰਤ ਸਰਕਾਰ ਦੇ ਵੱਲੋਂ ਸਰਵ ਉੱਚ ਸਨਮਾਨ ਪਦਮ ਸ਼੍ਰੀ ਮਿਲਣ ਦੇ ਉੱਪਰ ਚੜ੍ਹਦੀ ਕਲਾ ਗਰੁੱਪ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ ਦੇ ਵੱਲੋਂ ਸ਼ੁਕਰਾਨੇ ਦੀ ਅਰਦਾਸ ਕਰਵਾਈ ਗਈ। ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਜੀ ਨੇ ਇਹ ਅਰਦਾਸ ਕੀਤੀ ਅਤੇ ਸਰਦਾਰ ਜਗਜੀਤ ਸਿੰਘ ਦਰਦੀ ਜੀ ਦੇ ਨਾਲ ਨਾਲ ਸਰਦਾਰਨੀ ਜਸਵਿੰਦਰ ਕੌਰ ਦਰਦੀ ਨੂੰ ਵੀ ਸਿਰੋਂ ਪਾਉ ਦੇ ਨਾਲ ਸਨਮਾਨਿਤ ਕੀਤਾ ਗਿਆ। इस मगरों तख्त श्री केसगढ़ साहिब के जथेदार सिंह साहिब ज्ञानी रघुबीर सिंह जी ने भी अपने दफ्तर च सरदार जगजीत सिंह दर्दी और उन्हां दी धर्मपत्नी सरदारनी जसविंदर कौर दर्दी जी नूं विशेष तौर पर सन्मानित किया। इस मौके श्रोमणी गुरुद्वारा प्रबंधक कमेटी के मैंबर सरदार अमरजीत सिंह चावला भी हाजिर सन। सिंह साहिब ज्ञानी रघुबीर सिंह जी ने इस मौके ते सरदार जगजीत सिंह दर्दी जी नूं पद्म श्री सम्मान मिलन ते वधाई देंदे होए उन्हां दे वल्लों पिछली अद्धी सदी तो वध खालसा पंथ ते पत्रकारी दे उच्चे म्यारां नूं कायम रखण लई दित्तियां गईयां सेवावां दी भरपूर शलांघा कीती। उन्हां कहा कि चढ़दी कला टाइम टीवी ते रोजाना चढ़दी कला ने सिख धर्म दे प्रचार दे लई विलखण भूमिका निभाई है। इस तों इलावा उन्हां सरदार दर्दी जी दी सेहतयाबी अते होर रोशन भविख दी कामना कीती। ਸੋ ਪਿਛਲੇ ਸਾਲਾਂ ਦੀਆਂ ਪਾਬੰਦੀਆਂ ਤੋਂ ਹੁਣ ਮੁਕਤੀ ਮਿਲ ਚੁੱਕੀ ਹੈ। ਕਿਸਾਨੀ ਮੋਰਚਾ ਫਤਿਹ ਹੋ ਚੁੱਕਾ ਹੈ। ਕੋਵਿਡ ਪਾਬੰਦੀਆਂ ਇਸ ਵਾਰ ਕੋਈ ਨਹੀਂ ਔਰ ਲੱਖਾਂ ਦੀ ਗਿਣਤੀ ਵਿੱਚ ਸੰਗਤ ਦੇ ਪਹੁੰਚਣ ਦੀ ਜਿਹੜੀ ਸਾਨੂੰ ਉਮੀਦ ਵੀ ਹੈ ਔਰ ਸੰਗਤ ਆ ਵੀ ਰਹੀ ਹੈ ਕਿਉਂਕਿ 19 ਮਾਰਚ ਨੂੰ ਦੁਪਹਿਰ ਦੇ ਠੀਕ 12 ਵਜੇ ਮੁਹੱਲੇ ਦੀ ਆਰੰਭਤਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਕੀਤੀ ਜਾਣੀ ਹੈ। ਦੇਖੋ ਹਰ ਇੱਕ ਗੁਰਸਿੱਖ ਨੂੰ ਜੋ ਤਖਤ ਸਾਹਿਬ ਤੋਂ ਜਾਂ ਗੁਰ ਅਸਥਾਨਾਂ ਤੋਂ ਸਨਮਾਨ ਜਿਹੜਾ ਉਹ ਮਿਲਦਾ ਹੈ ਔਰ ਅੱਜ ਜਿਵੇਂ ਮੈਨੂੰ ਪਤਾ ਲੱਗਾ ਕਿ ਬਾਬਾ ਬਲਵੀਰ ਸਿੰਘ ਜੀ ਹੋਰਾਂ ਨੇ ਵੀ ਇੱਕ ਯਾਦਗਾਰੀ ਅਵਾਰਡ ਜਿਹੜਾ ਹੈ ਉਹ ਸਰਦਾਰ ਜਗਜੀਤ ਸਿੰਘ ਦਰਦੀ ਹੋਰਾਂ ਨੂੰ ਆਪਣੇ ਸਥਾਨ ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਨਿਹੰਗ ਸਿੰਘਾਂ ਅਨੰਦਪੁਰ ਸਾਹਿਬ ਜੀ ਵਿਖੇ ਉਹਨਾਂ ਨੇ ਵੀ ਦੇਣਾ। ਪਰਮਾਤਮਾ ਦੀ ਕਿਰਪਾ ਹੋਵੇ ਜੋ ਵੀ ਚੰਗਾ ਕਾਰਜ ਆਪਣੇ ਜੀਵਨ ਦੇ ਵਿੱਚ ਕਰਦਾ ਸਮਾਜ ਵਾਸਤੇ ਕਰਦਾ ਪੰਥ ਵਾਸਤੇ ਕਰਦਾ ਦੇਸ਼ ਵਾਸਤੇ ਕਰਦਾ ਹਰ ਇੱਕ ਦੇ ਸਨਮਾਨ ਹੋਣਾ ਜਿਹੜਾ ਬੜਾ ਜ਼ਰੂਰੀ ਹੈ ਔਰ ਬੜੀ ਮਾਣ ਦੀ ਗੱਲ ਹੈ ਕਿ ਹਿੰਦੁਸਤਾਨ ਦੀ ਸਰਕਾਰ ਵੱਲੋਂ ਰਾਸ਼ਟਰਪਤੀ ਵੱਲੋਂ ਦਰਦੀ ਸਾਹਿਬ ਨੂੰ ਜਿਹੜਾ ਪੁਰਸਕਾਰ ਦੇ ਕੇ ਅਤੇ ਇਹ ਸਨਮਾਨਿਤ ਕੀਤਾ ਗਿਆ ਔਰ ਸਤਿਗੁਰੂ ਮਿਹਰ ਕਰਨ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਔਰ ਅੱਗੇ ਤੋਂ ਵੀ ਸਮਾਜ ਦੀਆਂ ਪੰਥ ਦੀਆਂ ਸੇਵਾਵਾਂ ਉਹ ਚੜ੍ਹਦੀ ਕਲਾ ਵਿੱਚ ਕਰਦੇ ਰਹਿਣ। ਸਾਰੀ ਉਮਰ ਜੋ ਸਤਿਗੁਰੂ ਜੀ ਨੇ ਸੇਵਾ ਕਰਵਾਈ ਔਰ ਜਿੱਥੇ ਖਾਲਸਾ ਪੰਥ ਦੀ ਸਿਰਜਣਾ ਹੋਈ ਉਸ ਪਵਿੱਤਰ ਸਥਾਨ ਉੱਤੇ ਜਦੋਂ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਨ ਲਈ ਆਏ ਤਾਂ ਜੋ ਮਾਨ ਸਨਮਾਨ ਸਿੰਘ ਸਾਹਿਬ ਵੱਲੋਂ ਤਖਤ ਸਾਹਿਬ ਉੱਤੇ ਕੀਤਾ ਗਿਆ ਸਰਦਾਰਨੀ ਜਸਵਿੰਦਰ ਕੌਰ ਦਰਦੀ ਦਾ ਅਤੇ ਦਾਸ ਦਾ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਸ ਪਵਿੱਤਰ ਸਥਾਨ ਜਿੱਥੇ ਪੰਜ ਪਿਆਰਿਆਂ ਦੀ ਚੋਣ ਕਰਕੇ ਸਤਿਗੁਰੂ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਔਰ ਸਿੱਖ ਕੌਮ ਦਾ ਸਭ ਤੋਂ ਵੱਡਾ ਤਿਉਹਾਰ ਹੋਲਾ ਮਹੱਲਾ ਅੱਜ ਇੱਥੇ ਜਦੋਂ ਮਨਾਇਆ ਜਾ ਰਿਹਾ ਹੈ ਉਸ ਪਵਿੱਤਰ ਤਖਤ ਸਾਹਿਬ ਉੱਤੇ ਸਿੰਘ ਸਾਹਿਬ ਨੇ ਅਰਦਾਸ ਕਰਕੇ ਜਿੱਥੇ ਸਤਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਉੱਥੇ ਸਾਨੂੰ ਅੱਗੋਂ ਲਈ ਹੋਰ ਸੇਵਾ ਕਰਨ ਦਾ ਸਮਰੱਥਾ ਬਖਸ਼ਣ ਵਾਸਤੇ ਵੀ ਅਰਦਾਸ ਕੀਤੀ ਜਿਸ ਲਈ ਮੈਂ ਸਾਰੀ ਕੌਮ ਦਾ ਸਾਰੇ ਪੰਥ ਦਾ ਧੰਨਵਾਦ ਕਰਦਾ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ੁਕਰਾਨਾ ਕਰਦਾ ਹਾਂ। ਹੋਲਾ ਮਹੱਲਾ 'ਤੇ ਸ੍ਰੀ ਗੁਰੂ ਅਨੰਦਪੁਰ ਸਾਹਿਬ ਵਿੱਚ ਆਏ ਹਾਂ, ਸ਼ੁਕਰਾਨਾ ਕਰਨ ਲਈ ਆਏ ਹਾਂ। ਅੱਜ ਜਗਜੀਤ ਸਿੰਘ ਦਰਦੀ ਜੋ ਕਿ ਮੇਰੇ ਸਰਦਾਰ ਜੀ ਹਨ ਉਹਨਾਂ ਨੂੰ ਪਦਮ ਸ਼੍ਰੀ ਮਿਲਿਆ ਹੈ, ਸਾਨੂੰ ਦੋਨਾਂ ਨੂੰ ਹੀ ਪਦਮ ਸ਼੍ਰੀ ਮਿਲਿਆ ਹੈ। ਅਸੀਂ ਦਸ਼ਮੇਸ਼ ਪਿਤਾ ਜੀ ਦਾ ਲੱਖ ਲੱਖ ਕਰੋੜ ਕਰੋੜ ਵਾਰ ਸ਼ੁਕਰਾਨਾ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਮਾਣ ਬਖਸ਼ਿਆ। ਉਹਨਾਂ ਦੇ ਸ਼ੁਕਰਾਨਾ ਕਰਨ ਤੋਂ ਬਿਨਾਂ ਅਸੀਂ ਹੋਰ ਕੋਈ ਕੰਮ ਨਹੀਂ ਕਰ ਸਕਦੇ ਕਿਉਂਕਿ ਸਾਡੇ ਸਭ ਕੁਝ ਉਹੀ ਹਨ। ਅਸੀਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ। ਬਿਊਰੋ ਰਿਪੋਰਟ, ਚੜ੍ਹਦੀ ਕਲਾ ਟਾਈਮ ਟੀਵੀ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ।